ਇਹ ਗੱਲ ਸਾਡੀ ਹਾਈਲਾਈਟ ਕਰ ਦਿਓ ਵੀ ਚੀਫ ਮਿਨਿਸਟਰ ਸਾਹਿਬ ਸਟੇਜ ਚਲਾ ਸਕਦੇ ਨੇ ਸਟੇਜ ਸਟੇਟ ਨਹੀਂ ਚਲਾ ਸਕਦੇ। रिपोर्ट सामने आई है केंद्रीय खुराक मंत्रालय की, उस विच 19 विचों 18 सैंपल है जिहड़े अयोग करार करते जिहड़े फेल सैंपल होए आ चौलां दे। 5-7 हज़ार रुपया गड्डी पिछे ओपनली कहण वाली गल नहीं, वो साढ़े कोलों रिश्वत ही लैंदे ने। पहला TA चैक करदा, फिर AM चैक करदा, फिर DM चैक करदा, फिर इन्हां दा फ्लाइंग स्क्वाडां दा वह भी उन्हूं चैक करदा। इन्ने स्टेज दे विचों लंघण वास्ते चौल माड़ा कित्थों हो गया। ਤੁਹਾਡੇ ਕੀ ਜਿਹੜੀ ਆ ਹੁਣ ਮਜਬੂਰੀ ਬਣੀ ਹੈ ਕਿ ਤੁਸੀਂ ਵੀ ਕਿਸਾਨਾਂ ਨਾਲ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਪਹੁੰਚੇ ਹੋ? ਖੇਤੀ ਪ੍ਰਧਾਨ ਸੂਬਾ ਪੰਜਾਬ ਹੈ, ਕਿਸੇ ਵੇਲੇ ਇਹਨਾਂ ਨੂੰ ਅੰਨਦਾਤਾ ਕਹਿੰਦੇ ਸੀ, ਨੋ ਫੂਡ ਨੋ ਫਾਰਮਰ। ਹੁਣ ਕਿਵੇਂ ਸਾਰੇ ਰੁੜ ਰਹੇ ਹਾਂ, ਜੇ ਕਿਸਾਨ ਰੁੜ ਗਏ ਸਮਝੋ ਸਾਰੇ ਰੁੜ ਗਏ। ਭੁਗਤਾ ਪ੍ਰਬੰਧ 6 ਮਹੀਨੇ ਪਹਿਲਾਂ ਕਰਨੇ ਚਾਹੀਦੇ ਸੀ, ਅੱਜ ਉਹਦੇ ਲਈ ਭਗਦੌੜ ਕੀਤੀ ਜਾ ਰਹੀ ਹੈ, ਕਾਰਨ ਕੀ ਲੱਗ ਰਿਹਾ? CM ਸਾਹਿਬ ਕਹਿੰਦੇ ਹੁੰਦੇ ਨੇ ਵੀ ਮੈਂ ਤਾਂ ਲੋਕਾਂ ਦੇ ਵਿੱਚੋਂ ਹਾਂ, ਮੈਂ ਤਾਂ ਛੋਟਾ ਭਰਾ ਵੀ ਹਾਂ, ਮੁੱਖ ਮੰਤਰੀ ਆ, ਇਹ ਗੱਲ ਕਹਿੰਦਾ ਵੀ ਸੀਸ ਲਾਓ, ਲੋਕਾਂ ਦੀ ਦੁਰਸੀਸ ਨਾ ਲਾਓ। ਹੁਣ ਤਾਂ ਸਾਰੇ ਲੋਕ ਦੁਰਸੀਸ ਵਾਲੇ ਪਾਸੇ ਤੁਰੇ ਹੋਏ। ਕਿਸਾਨ ਧਰਨੇ ਤੇ ਨੇ ਤਾਂ ਉਧਰ ਸੈਲਰ ਮਾਲਕ ਵੀ ਪਹੁੰਚੇ ਨੇ ਧਰਨੇ ਵਿੱਚ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜਿੱਥੇ ਇੱਕ ਪਾਸੇ ਕਿਸਾਨ ਆਪਣੇ ਝੋਨੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ, ਤਾਂ ਤੁਹਾਡੇ ਕੀ ਜਿਹੜੀ ਆ ਹੁਣ ਮਜਬੂਰੀ ਬਣੀ ਹੈ ਕਿ ਤੁਸੀਂ ਵੀ ਕਿਸਾਨਾਂ ਨਾਲ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਪਹੁੰਚੇ ਹੋ ਜੀ? ਮੈਂ ਦੇਵੀਦਿਆਲ ਗੋਇਲ ਆੜ ਤੇ ਵੀ ਹਾਂ, ਮੈਂ ਸੈਲਰ ਵਾਲਾ ਵੀ ਹਾਂ, ਮੇਰੇ ਕੋਲ ਗੋਡਾਊਨ ਵੀ ਹੈ, ਮੈਂ ਕਿਸਾਨੀ ਵੀ ਕਰਦਾ। ਕਿਸਾਨ ਧੁਰਾ ਦੇਸ਼ ਦਾ ਧੁਰਾ, ਇਹ ਜਿਹੜਾ ਖੇਤੀ ਪ੍ਰਧਾਨ ਸੂਬਾ ਪੰਜਾਬ ਹੈ, ਕਿਸੇ ਵੇਲੇ ਇਹਨਾਂ ਨੂੰ ਅੰਨਦਾਤਾ ਕਹਿੰਦੇ ਸੀ, ਨੋ ਫੂਡ ਨੋ ਫਾਰਮਰ। ਹੁਣ ਕਿਵੇਂ ਸਾਰੇ ਰੁੜ ਰਹੇ ਹਾਂ, ਜੇ ਕਿਸਾਨ ਰੁੜ ਗਏ ਸਮਝੋ ਸਾਰੇ ਰੁੜ ਗਏ। ਸਰਕਾਰਾਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਆਉਂਦੀ ਜੀ, ਕਿਉਂ ਨਹੀਂ ਸਮੇਂ ਤੋਂ ਪਹਿਲਾਂ ਪੁਖਤਾ ਪ੍ਰਬੰਧ ਕੀਤੇ ਜਾਂਦੇ? ਜਦੋਂ ਸਰਕਾਰਾਂ ਬਣ ਜਾਂਦੀਆਂ ਨੇ, ਉਹਨਾਂ ਦੇ ਗਰਦਨ 'ਚ ਕਿੱਲਾ ਆ ਜਾਂਦਾ, ਜੇ ਮੈਂ ਪੰਜਾਬੀ ਦੇ ਲਫ਼ਜ਼ ਵਿੱਚ ਕਹਾਂ। ਜਿਹੜੇ ਹੁਣ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਵੀ ਅਸੀਂ ਤਾਂ ਆਮ ਆਦਮੀ ਹੈ, ਉਹਨਾਂ ਨੂੰ ਪਤਾ ਵੀ ਸਾਨੂੰ 2.5 ਸਾਲ ਹੋ ਗਏ, ਪਤਾ ਨਹੀਂ 2.5 ਸਾਲ ਹੈਗੇ ਕਿ ਨਹੀਂ ਹੈਗੇ, ਪਰ ਉਹ ਕੋਈ ਸਾਰ ਨਹੀਂ ਲੈਂਦਾ। ਭਗਵੰਤ ਸਿੰਘ ਜੀ ਜਿਹੜੇ ਆਪਣੇ ਚੀਫ ਮਿਨਿਸਟਰ ਨੇ, ਉਹ ਲੋ ਲੈਵਲ ਤੋਂ ਉੱਠੇ ਹੋਏ ਨੇ, ਉਹ ਕੀ ਕਹਿੰਦੇ ਹੁੰਦੇ, ਕਿਸਾਨ ਦਾ ਮੁੰਡਾ ਵੀ ਕਹਿੰਦੇ ਆ, ਮਾਸਟਰ ਦਾ ਮੁੰਡਾ ਵੀ ਕਹਿੰਦੇ ਨੇ, ਉਹ ਯੁੱਗ ਨੂੰ ਹਾਜ਼ਰ ਹੈ। ਯੁੱਗ ਨੂੰ ਹਾਜ਼ਰ ਦੇ ਵਿੱਚ ਉਹ ਹਰੇਕ ਫੀਲਡ ਦੇ ਹਰੇਕ ਡਿਪਾਰਟਮੈਂਟ ਨੂੰ ਦਿਖਾਉਂਦੇ ਨੇ। ਹੁਣ ਉਹੀ ਇਹ ਉਹ ਕਹਿ ਹੁਣ ਲੋਕ ਇਹ ਗੱਲ ਕਹਿੰਦੇ ਨੇ ਵੀ ਭਗਵੰਤ ਮਾਨ ਸਟੇਜ ਚਲਾ ਸਕਦਾ, ਸਟੇਟ ਨਹੀਂ ਚਲਾ ਸਕਦਾ। ਇਹ ਗੱਲ ਸਾਡੀ ਹਾਈਲਾਈਟ ਕਰ ਦਿਓ ਵੀ ਚੀਫ ਮਿਨਿਸਟਰ ਸਾਹਿਬ ਸਟੇਜ ਚਲਾ ਸਕਦੇ ਨੇ, ਸਟੇਜ ਸਟੇਟ ਨਹੀਂ ਚਲਾ ਸਕਦੇ। ਸਾਡੀ ਪੁਰਜ਼ੋਰ ਬੇਨਤੀ ਹੈ ਵੀ ਹੁਣ ਤੁਸੀਂ ਸਟੇਟ ਦੇ ਮਾਲਕ ਹੋ, ਤੁਸੀਂ ਸਟੇਟ ਚਲਾਓ, ਸਟੇਜ ਨਾ ਚਲਾਓ। ਕਾਰਨ ਕੀ ਲੱਗਦਾ ਹੈ ਕਿ ਉਹੀ ਬਿਆਨਬਾਜ਼ੀਆਂ ਚੱਲ ਰਹੀਆਂ ਨੇ ਜੋ ਉਹਨਾਂ ਦੀ ਕਮੇਟੀ ਵਿੱਚ ਹੁੰਦੀਆਂ ਸੀ ਕਿ ਇੱਕ ਚੀਫ ਮਿਨਿਸਟਰ ਨੂੰ ਇਹ ਗੱਲਾਂ ਸੋਭਦੀਆਂ ਨੇ? ਕਿਉਂਕਿ ਇੱਕ ਪਾਸੇ ਤਾਂ ਹਾਏ ਹਾਏ ਕਰ ਰਹੇ ਨੇ ਕਿਸਾਨ ਅਤੇ ਮਜ਼ਦੂਰ, ਉਹਨਾਂ ਨਾਲ ਜਿਹੜੇ ਆ ਉਹ ਵੀ ਤਾਂ ਭੁੱਖ ਤੇ ਆਏ ਮਰਨ ਨੂੰ ਮਜਬੂਰ ਆ, ਤਾਂ ਹੁਣ ਸੈਲਰ ਮਾਲਕਾਂ ਦੇ ਇਹ ਹਾਲਾਤ ਬਣ ਗਏ। ਜਿਹੜੇ ਪੁਖਤਾ ਪ੍ਰਬੰਧ 6 ਮਹੀਨੇ ਪਹਿਲਾਂ ਕਰਨੇ ਚਾਹੀਦੇ ਸੀ, ਅੱਜ ਉਹਦੇ ਲਈ ਭਗਦੌੜ ਕੀਤੀ ਜਾ ਰਹੀ ਹੈ, ਕਾਰਨ ਕੀ ਲੱਗ ਰਿਹਾ ਤੁਹਾਨੂੰ? CM ਸਾਹਿਬ ਕਹਿੰਦੇ ਹੁੰਦੇ ਨੇ ਵੀ ਮੈਂ ਤਾਂ ਲੋਕਾਂ ਦੇ ਵਿੱਚੋਂ ਹਾਂ, ਮੈਂ ਤਾਂ ਛੋਟਾ ਭਰਾ ਵੀ ਹਾਂ, ਮੁੱਖ ਮੰਤਰੀ ਆ, ਇਹ ਗੱਲ ਕਹਿੰਦਾ ਵੀ ਸੀਸ ਲਾਓ, ਲੋਕਾਂ ਦੀ ਦੁਰਸੀਸ ਨਾ ਲਾਓ। ਹੁਣ ਤਾਂ ਸਾਰੇ ਲੋਕ ਦੁਰਸੀਸ ਵਾਲੇ ਪਾਸੇ ਤੁਰੇ ਹੋਏ ਨੇ। ਤਾਂ ਜੇਕਰ ਦੇਖਿਆ ਜਾਵੇ ਕਿ ਚੌਲਾਂ ਦਾ ਮਸਲਾ ਆਇਆ, ਤਾਂ ਚੌਲਾਂ ਦੇ ਅੱਜ ਹੀ ਜਿਹੜੇ ਨਵੇਂ ਰਿਪੋਰਟ ਸਾਹਮਣੇ ਆਈ ਹੈ ਕੇਂਦਰੀ ਖੁਰਾਕ ਮੰਤਰਾਲੇ ਦੀ, ਉਸ ਵਿੱਚ 19 ਵਿੱਚੋਂ 18 ਸੈਂਪਲ ਹੈ ਜਿਹੜੇ ਅਯੋਗ ਕਰਾਰ ਕਰਤੇ ਜਿਹੜੇ ਆ ਫੇਲ ਸੈਂਪਲ ਹੋਏ ਆ ਚੌਲਾਂ ਦੇ। ਕੀ ਕਾਰਨ ਲੱਗਦਾ ਹੈ ਕਿ ਉਹ ਪੰਜਾਬ ਤੋਂ ਹੀ ਜਿਹੜੇ ਆ ਚੌਲ ਗਲਤ ਭੇਜੇ ਗਏ ਸੀ, ਜਾਂ ਜਾਣ ਬੁੱਝ ਕੇ ਇਹ ਸਭ ਕੁਝ ਕੀਤਾ ਜਾ ਰਿਹਾ? ਇਹ ਭਾਅ ਜੀ ਜਿਹੜੀ ਚੌਲਾਂ ਦਾ ਤੁਸੀਂ ਇਸ਼ੂ ਲੈ ਲਿਆ, ਇਹ ਜਾਣ ਬੁੱਝ ਕੇ ਗੱਲ ਹੈ। ਜਦੋਂ ਇਹ ਚੌਲ ਜੀਰੀ ਦੇ ਅਸੀਂ ਚੌਲ ਕੁੱਟ ਕੇ ਸੈਲਰਾਂ ਵਾਲੇ ਡਿੱਪੂਆਂ ਚਲਾਉਂਦੇ ਹਾਂ, 5-7 ਹਜ਼ਾਰ ਰੁਪਇਆ ਗੱਡੀ ਪਿੱਛੇ ਓਪਨਲੀ ਕਹਿਣ ਵਾਲੀ ਗੱਲ ਨਹੀਂ, ਉਹ ਸਾਡੇ ਕੋਲੋਂ ਰਿਸ਼ਵਤ ਹੀ ਲੈਂਦੇ ਨੇ। ਪਹਿਲਾਂ TA ਚੈੱਕ ਕਰਦਾ, ਫਿਰ AM ਚੈੱਕ ਕਰਦਾ, ਫਿਰ DM ਚੈੱਕ ਕਰਦਾ, ਫਿਰ ਇਹਨਾਂ ਦਾ ਫਲਾਇੰਗ ਸਕੁਐਡਾਂ ਦਾ ਉਹ ਵੀ ਉਹਨੂੰ ਚੈੱਕ ਕਰਦਾ। ਇੰਨੇ ਸਟੇਜ ਦੇ ਵਿੱਚੋਂ ਲੰਘਣ ਵਾਸਤੇ ਚੌਲ ਮਾੜਾ ਕਿੱਥੋਂ ਹੋ ਗਿਆ? ਸਭ ਤੋਂ ਵੱਡਾ ਸਵਾਲ ਤਾਂ ਇੱਥੇ ਹੀ ਖੜਾ ਹੋ ਜਾਂਦਾ ਹੈ ਕਿ ਜਦੋਂ ਝੋਨਾ ਮੰਡੀਆਂ 'ਚ ਆ ਚੁੱਕਿਆ ਹੈ, ਤਾਂ ਉਸ ਸਮੇਂ ਹੀ ਕਿਉਂ ਸੈਂਪਲ ਯਾਦ ਆਏ, ਕਿਉਂ ਉਸ ਸਮੇਂ ਸੈਂਪਲ ਦਿਖਾਏ ਜਾ ਰਹੇ? ਹੁਣ ਸਾਡੀ ਆਰਗੇਨਾਈਜੇਸ਼ਨ ਪੰਜਾਬ ਨੇ ਤਲਵੰਡੀ ਭਾਈ 6 ਮਹੀਨੇ ਪਹਿਲਾਂ ਮੀਟਿੰਗ ਕੀਤੀ ਸੀ। ਜਿਹੜੇ ਇਸ਼ੂ ਕਿਸਾਨਾਂ ਦੇ ਨੇ, ਆੜ੍ਹਤੀਆਂ ਦੇ ਨੇ, ਸ਼ੈਲਰ ਵਾਲਿਆਂ ਦੇ ਇਕੱਠੇ ਹੀ ਨੇ, ਕੋਈ ਲਹਿਦੇ ਨਹੀਂ ਹੈਗੇ। ਇੱਕ ਇਹ 6 ਮਹੀਨੇ ਪਹਿਲਾਂ ਇਹਨਾਂ ਨੂੰ ਜਾਣੂ ਕਰਵਾਤਿਆ ਸੀ 10 ਹਜ਼ਾਰ ਬੰਦੇ ਦਾ ਇਕੱਠਾ ਕਰਕੇ, ਇਹ ਕੋਈ ਨਵੀਂ ਗੱਲ ਨਹੀਂ ਹੈ। ਜੇ ਇਹ ਸੰਜੀਦਾ ਹੁੰਦੇ, ਗੱਲ ਹੱਲ ਕਰਨਾ ਚਾਹੁੰਦੇ ਹੁੰਦੇ, ਤਾਂ ਹੁਣ ਤੱਕ ਇਹ ਹੱਲ ਹੋ ਗਿਆ ਹੁੰਦਾ।
सैलो तो नहीं पर भारी पाना चाहती है सरकार कि जोड़े प्राइवेट सैलो लग रहे हैं कि उधर किसान होन तो आड़ती तो दूर कर दिता जाए तो जोड़ा किसान सैलो बच्च जो झोना लेकर जो मनसूबा है वो जो मर्जी कह लन जोड़ा साढ़ा रिश्ता है यह सदियों तो चले आ रहा है। भगवंत मान जी आप गल कह रहे थे भी जो आड़ती किसान का रिश्ता है वो साढ़ा नौ मास का रिश्ता है। साढ़े दादे पड़दादे कहना मैं नाल हूँ सी अपने दादा जी के जो आड़ती को जाता हूँ सी टुट रिश्ता है ना टुटे ना टुटना ना टुट रहा है ना टुटना इन आप समझ करनी चाहिए इस गल तो तुम सुने कि किसानों नाल जड़े आ हिक डा के खड़ गए मोडे ना मोडा ला के जड़े आड़ती एसोसीएशन हो सैलर मालक हो खड़ गए कि कहें किसान ही कला नहीं सड़कों पर उतरेगा तो असी भी सड़कों पर उतरेंगे। तो हालात जोड़े तुम तस्वीर तो अंदाजा लगा सकते हो कि एक पासे तो त्यौहारों का सीजन चल रहा लोगों ने बहुत सारी खरीदो फरोत करनी होंगी उ इन्हों किसानों ने भी बहुत सारा जोड़ा समान खरीदना हों बहुत सारे शादी विह के जोड़ा प्रोग्राम उलीकना होंगे उस जी खरीद करनी होंगी पर वो खरीद तो बिल्कुल जी रोक लगी हुई है चहल पहल बाजारों में नज़र नहीं आ रही किसान सड़कों पर है क्योंकि किसान ही मेन है जोड़ा पंजाब का या देश का कह सकते हो कि जितों असली आर्थिक स्थिति पैदा होती है तो आर्थिक स्थिति बनाई रखने के लिए किसान अपना अहम रोल अदा करता है पर अज उ किसान सड़कों पर रोलन के लिए मजबूर है। कदों तक सरकार इन की गल सुनेगी कदों तक सरकार मौके दिया जड़ा इन्हों के मसले किसानों के हल करेगी वो देखने वाला समा होगा तो अगे की कुछ होएगा कि अगे किसान प्रदर्शन करे कदों तक इन समस्यावान का हल होएगा उदों तक देखांगे ते तुहानू होर जिहड़ी आ प्रदर्शन विच की कुछ होएगा जो भी प्रदर्शन दरम्यान कोई किसानों वालों कोई नवा एक्शन लिया जाएगा वो भी तुहाडे नाल सांझा करांगे। बने रहो NRI TV नाल वीडियो जर्नलिस्ट अतुल वर्मा नाल सतनाम सिंह बठोई NRI TV।